ਇਹ ਨਵੀਂ ਕਿੰਨੇ ਦੀ ਆ ਜਾਂਦੀ ਹੈ? ਨਵੀਂ ਤਾਂ ਜੀ ਇਹ ਇਸ ਟਾਈਮ ਤਾਂ ਹੈਗੀ ਜੀ ਕੁਛ 16 ਲੱਖ ਰੁਪਏ ਦੀ, ਮਤਲਬ ਹਾਫ ਤੇ ਆ ਗਿਆ ਕੰਮ। ਬਿਲਕੁਲ ਜੀ, ਇਸ ਟਾਈਮ ਤਾਂ 40-42 ਲੱਖ ਰੁਪਏ ਦੀ ਕਾਰ ਹੈ ਜੀ, ਪਲੱਸ ਡੀਜ਼ਲ। 40-42 ਲੱਖ ਵਾਲੀ ਗੱਡੀ ਆਪਾਂ ਦੇ ਰਹੇ ਹਾਂ, ਸਭਾ ਤੋਂ ਵੀ ਕਹਿੰਦੇ ਆ ਜੀ ਜੋ ਮੌਕੇ ਤੇ ਹੋਊਗਾ ਕਰ ਲੈਣਗੇ, 2,80,000 ਦੀ ਦੇ ਦੇਵਾਂਗੇ। ਲਓ ਚੱਕ ਚੱਲੀ ਨੀ ਭਾਈ, ਇਹ ਤਾਂ ਆ ਸਹੀ ਆ ਮੀਟਰ 36-36। ਹਾਂਜੀ ਹਾਂਜੀ, ਮਤਲਬ ਹੈ ਹੀ ਨਵੀਂ ਇਹ। ਬਿਲਕੁਲ ਜੀ ਬਿਲਕੁਲ, ਸ਼ੋਰੂਮ ਚ ਲਿਆ ਕੇ ਖੜਾਤੀ ਆ। ਬਿਲਕੁਲ। ਹਾਂਜੀ ਜਨਾਬ, ਕੀ ਹਾਲ ਚਾਲ ਆ ਜੀ? ਮੇਰਾ ਨਾਮ ਆ ਸਾਵਨ, ਤੁਸੀਂ ਦੇਖ ਰਹੇ ਹੋ ਆਪਣਾ ਚੈਨਲ ਮਿਸਟਰ ਸੁਨੀਤ। ਅੱਜ ਆਪਾਂ ਖੜੇ ਆ ਜੀ ਬੇਰੀ ਮੋਟਰਸ ਦੇ ਵਿੱਚ, ਨਾਲ ਨੇ ਇੱਥੋਂ ਦੇ ਓਨਰ। ਸਾਰਿਆਂ ਨੂੰ ਜੀ ਪਹਿਲਾਂ ਤਾਂ ਪਿਆਰ ਭਲੀ ਸਤਿ ਸ੍ਰੀ ਅਕਾਲ, ਰਾਮ ਰਾਮ ਜੀ। ਮੇਰਾ ਨਾਮ ਰਚਿਤ ਬੇਰੀ ਹੈ, ਓਨਰ ਬੇਰੀ ਮੋਟਰਸ। ਅੱਜ ਤੁਹਾਡੇ ਲਈ ਲਿਆਏ ਆ ਲੇਟੈਸਟ ਸਟਾਕ ਕਾਰਾਂ ਦਾ, ਸਾਰੀਆਂ ਕਾਰਾਂ ਵੱਡੀ ਤੋਂ ਲੈ ਕੇ ਛੋਟੀ ਤੱਕ ਹਰ ਕਾਰ ਆਪਣੇ ਕੋਲ ਅਵੇਲੇਬਲ ਹੈ ਜੀ। ਆਓ ਤੁਹਾਨੂੰ ਆਪਣਾ ਸਟਾਕ ਚੈੱਕ ਕਰਾਈਏ, ਚੈੱਕ ਕਰੋ। ਹਾਂਜੀ, ਅੱਜ ਦੀ ਵੀਡੀਓ ਸ਼ੁਰੂ ਕਰਦੇ ਜੀ ਆਪਾਂ i20 ਕੋਲੋਂ। ਦੱਸਿਓ ਭਾਈ, i20 ਜੀ 2013 ਮਾਡਲ, ਆਸਥਾ ਮਾਡਲ, ਫਸਟ ਓਨਰ, ਵਿਦ ਰਿਕਾਰਡ 60,000 ਕਿਲੋਮੀਟਰ ਚੱਲੀ ਹੈ ਜੀ। ਇਸ ਕਾਰ ਦੀ ਆਸਕਿੰਗ ਆਪਾਂ ਕਰ ਰਹੇ ਹਾਂ 3,80,000 ਰੁਪਏ ਜੀ। 3,80,000 i20, ਇਹ ਡੀਜ਼ਲ ਆ ਮੈਨੂਅਲ? ਪੈਟਰੋਲ ਦੇ ਵਿੱਚ ਟੌਪ ਮਾਡਲ ਹੈ ਆਸਥਾ, ਪੁਸ਼ ਬਟਨ ਸਟਾਰਟ। ਪੈਟਰੋਲ ਗੱਡੀ ਆ, ਪੁਸ਼ ਬਟਨ ਵਾਲੀ ਜੀ, ਮੈਨੂਅਲ ਗੱਡੀ ਆ, ਫਸਟ ਓਨਰ ਕਾਰ ਹੈ। ਸਿਰਫ ਤੇ ਸਿਰਫ ਇੰਟੀਰੀਅਰ ਚੈੱਕ ਕਰੋ, 60,000-65,000 ਕਿਲੋਮੀਟਰ ਚੱਲੀ ਹੈ, ਇਹ ਵਿਦ ਰਿਕਾਰਡ ਚੱਲੀ ਹੈ ਜੀ। 65,000 ਰਿਕਾਰਡ ਦੇ ਨਾਲ? ਹਾਂਜੀ, 60 ਵੀ ਹੋ ਸਕਦੀ ਹੈ, 60-65,000। ਠੀਕ ਹੈ ਜੀ, ਫਿਰ ਆਪਣੀ ਆਈਟਨ? ਫਿਰ ਆ ਜਾਂਦੀ ਹੈ ਜੀ ਆਈਟਨ ਗ੍ਰੈਂਡ ਨਿਓਸ 2022, ਆਪਣਾ ਸਪੋਰਟਸ ਮਾਡਲ ਹੈ ਜੀ। ਇਹ ਕਾਰ 20,000 ਕਿਲੋਮੀਟਰ ਚੱਲੀ ਹੈ, 6,00,000 ਰੁਪਏ ਆਸਕਿੰਗ ਹੈ ਸਰ ਇਹਦੀ। 6,00,000 ਦੀ ਆਈਟਨ ਨਿਓਸ 2022 ਮਾਡਲ, ਮੈਨੂਅਲ ਗੱਡੀ ਔਰ ਪੈਟਰੋਲ ਵਾਲੀ ਭਾਈ? ਪੈਟਰੋਲ ਜੀ, ਪੈਟਰੋਲ ਕਾਰ ਆ। 20,000 ਦੇ ਪ੍ਰੋਕਸ ਚੱਲੀ ਹੈ, ਤੋਂ ਅੰਦਰ ਹੀ ਹੈਗੀ, ਮਤਲਬ ਨਵੀਂ ਗੱਡੀ ਹੈ। ਇਹ ਚੋਂ ਕਿੰਨੇ ਪੈਸੇ ਬਚ ਜਾਣਗੇ? ਇਹ ਸਰ ਤੁਸੀਂ ਮੋਟਾ ਮੋਟਾ ਮੰਨ ਕੇ ਚੱਲੋ 2.5 ਲੱਖ ਰੁਪਏ ਬਚੇਗਾ। 2.5 ਲੱਖ ਰੁਪਇਆ ਸੇਵ ਕਰ ਦੋਗੇ 22,000 ਚਲਾ ਕੇ? ਸਰ 22,000 ਚਲਾ ਕੇ। ਠੀਕ ਹੈ ਜੀ, ਫਿਰ ਆਏ ਤੇ ਡਿਜ਼ਾਇਰ ਬਲੈਕ, ਡਿਜ਼ਾਇਰ ਆਂਦੀ ਹੈ ਜੀ 2013 ZA ਮਾਡਲ ਹੈ ਜੀ, ਫਸਟ ਓਨਰ ਕਾਰ ਹੈ ਜੀ। ਬਲੈਕ ਕਲਰ ਦੀ ਡਿਜ਼ਾਇਰ ਬਹੁਤ ਘੱਟ ਅਵੇਲੇਬਲ ਹੁੰਦੀ ਹੈ। ਇਹ ਆਪਾਂ 3,65,000 ਰੁਪਏ ਆਸਕਿੰਗ ਹੈ, ZA ਮਾਡਲ ਹੈ, ਟੌਪ ਮਾਡਲ ਹੈ। 3,65,000 ਦੀ ZDI ਟੌਪ ਮਾਡਲ, ਇਹ ਕਿੰਨੀ ਕੁ ਚੱਲੀ ਹੈ ਭਾਈ? ਐਸਟੀਮੇਟ ਚੱਲੀ ਹੈ ਜੀ ਕੁਛ 80-85,000 ਕਿਲੋਮੀਟਰ ਦੇ ਪਰ। 80-85 ਚੱਲੀ ਹੈ, ਗੱਡੀ ਸਾਫ ਆ। ਫਿਰ ਆ ਜਾਂਦੀ ਹੈ ਜੀ ਬਲੀਨੋ 2018, ਠੀਕ ਹੈ, ਡੈਲਟਾ ਡੀਜ਼ਲ, 1,00,000 ਦੇ ਕਰੀਬ ਕਾਰ ਚੱਲੀ ਹੈ, ਫਸਟ ਓਨਰ ਕਾਰ ਹੈ ਜੀ, ਫੁੱਲ ਇੰਸ਼ੋਰਡ ਕਾਰ ਹੈ। ਇਹਦੀ ਜਿਹੜੀ ਆਸਕਿੰਗ ਅਸੀਂ 5.25 ਲੱਖ ਰੁਪਏ ਕਰ ਰਹੇ ਹਾਂ। ਇਹ ਤੁਹਾਡੇ ਆਪਣਾ ਚੈਨਲ ਤੇ ਜਿਹੜਾ ਸਾਨੂੰ ਫੋਨ ਕਰੇਗਾ ਇਹਨੂੰ ਆਪਾਂ ਕਾਰ 5,00,000 ਰੁਪਏ ਦੀ ਰੇਂਜ ਕਾਰ ਦੇ ਦਵਾਂਗੇ। 5,00,000 ਰੁਪਏ ਦੀ 2018 ਮਾਡਲ ਦੀ? 18 ਮਾਡਲ, ਠੀਕ ਹੈ ਜੀ। ਡੀਜ਼ਲ ਹੈ ਜੀ, ਇਹ ਡੀਜ਼ਲ ਹੋਣ ਵਾਲੀ ਆ। ਫਿਰ ਆਈਂਦੀ ਫੋਰਡ ਫਿਗੋ, ਫੋਰਡ ਫਿਗੋ ਹੈ ਜੀ 2010 ਮਾਡਲ ਹੈ ਜੀ, ਇਹ ਵੀ ਵਧੀਆ ਕਾਰ ਹੈ ਜੀ। ਅਲੋਏ ਟਾਇਰਸ ਵਗੈਰਾ ਇਹਦੇ ਐਕਸਟਰਾ ਪਏ ਹੋਏ ਨੇ, ਨੰਬਰ ਵੀ ਵਧੀਆ ਲੱਗਿਆ ਹੋਇਆ, ਨੰਬਰ ਵੀ ਅੱਛਾ ਹੈ ਜੀ। ਇਹ ਕਾਰ ਆਪਾਂ 1.5 ਲੱਖ ਰੁਪਏ ਦੀ ਰੇਂਜ ਦੇ ਵਿੱਚ ਕਾਰ ਹੈ ਜੀ, 2010 ਡੀਜ਼ਲ। ਜਿਹੜੇ ਮੇਰੇ ਭਰਾ ਨੇ ਫਸਟ ਗੱਡੀ ਲੈਣੀ ਉਹ ਇਹਨੂੰ ਕੰਸੀਡਰ ਕਰ ਸਕਦਾ, ਜ਼ਿਆਦਾ ਪੈਸੇ ਵੀ ਨਹੀਂ ਲੱਗਣਗੇ, ਗੱਡੀ ਵੀ ਵਧੀਆ ਆ ਜੂਗੀ। ਤੇ ਭਾਈ ਇਹ ਕਿੰਨਾ ਮਾਡਲ ਸੀ? 2010 ਜੀ, 10 ਮਾਡਲ, ਠੀਕ ਹੈ। ਆਨ ਹੈਗੀ ਹੈ ਜੀ ਹੁੰਡਾਈ ਦੀ 2018, ਇਹ ਵੀ ਕੁਛ ਕਾਰ ਚੱਲੀ ਹੈ ਆਪਣਾ 20-22,000 ਕਿਲੋਮੀਟਰ। ਇਹ ਕਾਰ ਆਪਾਂ 2,85,000 ਰੁਪਏ ਦੀ ਰੇਂਜ ਦੀ ਕਾਰ ਹੈ ਜੀ, 2018 ਮਾਡਲ, 2,85 ਦੀ ਰੇਂਜ ਤੇ, ਸਿਰਫ 2,85,000 ਦੀ। ਇਹ ਪੈਟਰੋਲ ਰਹਿਣ ਵਾਲੀ ਆ? ਪੈਟਰੋਲ ਹੀ ਹੈ ਜੀ। ਗੱਡੀ ਚੈੱਕ ਕਰੋ, ਨਵੀਂ ਕਾਰ 18 ਮਾਡਲ,
ਫਿਰ ਇਹਦੀ ਆਪਣੀ ਡਿਜ਼ਾਇਰ ਆਉਂਦੀ ਹੈ ਜੀ ਡੀਜ਼ਲ 2016 ਮਾਡਲ ਜੀ। ਇਹਦੀ ਜਿਹੜੀ ਆਪਾਂ ਆਸਕਿੰਗ ਜਿਹੜੀ ਹੈਗੀ ਹੈ ਜੀ ਆਪਾਂ ਕਾਰ ਦੀ ਕਰ ਰਹੇ ਜੀ 5,35,000 ਰੁਪਈਆ, ਬਾਕੀ ਇਹ ਵੀ ਨੈਗੋਸ਼ੀਏਬਲ ਹੈ, ਮੌਕੇ ਤੇ ਇਹਦੇ ਵਿੱਚ ਵੀ ਰਿਕਾਰਡ ਕਰ ਦੇਵਾਂਗੇ। ਕਾਰ 80,000 ਕਿਲੋਮੀਟਰ ਚੱਲੀ ਹੈ ਜੀ ਵਿਦ ਰਿਕਾਰਡਸ। ਇਹ ਵੀਡੀਆਈ ਆ? ਵੀਡੀਆਈ ਜੀ, ਵੀਡੀਆਈ ਹੈ ਡਿਜ਼ਾਇਰ 5,35,000 ਦੀ 2016 ਮਾਡਲ। ਠੀਕ ਹੈ, ਫਿਰ ਇਹਦੇ ਸਕੋਡਾ ਦੀ ਸਕੋਡਾ ਸੁਪਰਬ 2011 ਮਾਡਲ ਜੀ। ਠੀਕ ਹੈ, ਇਹ ਕਾਰ ਜਿਹੜੀ ਨਵੀਂ ਸੀਗੀ ਜੀ ਕੁਛ 30-32 ਲੱਖ ਰੁਪਏ ਦੀ ਕਾਰ ਸੀਗੀ, ਸਾਰੇ ਮਰਸੀਡੀਜ਼ ਆਪਣਾ ਈ ਕਲਾਸ ਦੇ ਬਰਾਬਰ ਦੇ ਇਸ ਕਾਰ ਦੇ ਫੀਚਰ ਹੈ। 11 ਮਾਡਲ ਕਾਰ, 3.25 ਲੱਖ ਰੁਪਏ ਦੀ ਰੇਂਜ ਦੀ ਡੀਜ਼ਲ, ਆਟੋਮੈਟਿਕ ਸਨਰੂਫ ਹਰ ਚੀਜ਼ ਹੈ ਜੀ, ਏ ਟੂ ਜ਼ੈਡ ਫੀਚਰਸ ਤੇ, ਅੰਦਰੋਂ ਫੁੱਲ ਆਫ ਲਗਜ਼ਰੀ ਰਹਿਣ ਵਾਲੀ ਹੈ। ਇਲੈਕਟ੍ਰੋਨਿਕ ਸੀਟਸ ਨੇ, ਸਾਰੇ ਕੰਟਰੋਲਸ ਦਿੱਤੇ ਹੋਏ ਨੇ, ਆਟੋਮੈਟਿਕ ਆ, ਸਨਰੂਫ ਵੀ ਹੈਗੀ ਆ। ਫਸਟ ਓਨਰ ਕਾਰ ਹੈ ਜੀ, ਸਭ ਤੋਂ ਵੱਡਾ ਪਲੱਸ ਪੁਆਇੰਟ ਇਹਦਾ ਵੀ ਫਸਟ ਓਨਰ ਆ ਨਾਲੇ। ਬਿਲਕੁਲ ਜੀ ਬਿਲਕੁਲ, ਇਹ 3.25 ਲੱਖ ਇਹਦੇ ਵਿੱਚ ਵੀ ਨੈਗੋਸ਼ੀਏਸ਼ਨ ਹੈ, ਕਸਟਮਰ ਦਾ ਪੂਰਾ ਰਿਗਾਰਡ ਹੋਏਗਾ, ਜੋ ਮੌਕੇ ਤੇ ਹੋਏਗਾ ਬੈਸਟ ਟੂ ਬੈਸਟ ਕਰਵਾ ਦੇਵਾਂਗੇ। ਇਹ ਨਵੀਂ ਕਿੰਨੇ ਦੀ ਆ? ਇਹ ਨਵੀਂ ਤਾਂ ਜੀ ਹੁਣ ਤਾਂ ਇਸ ਟਾਈਮ ਤਾਂ 40-42 ਲੱਖ ਰੁਪਏ ਦੀ ਕਾਰ ਹੈ ਜੀ, ਪਲੱਸ ਡੀਜ਼ਲ ਲੱਖ ਵਾਲੀ ਗੱਡੀ ਆਪਾਂ ਦੇ ਰਹੇ ਹਾਂ। 3.25 ਕਹਿੰਦੇ ਆ ਜੀ, ਜੋ ਮੌਕੇ ਤੇ ਹੋਊਗਾ ਕਰ ਲੈਣਗੇ, 2,80,000 ਦੀ ਦੇ ਦੇਵਾਂਗੇ। ਲਓ ਚੱਕੋ ਜੀ, ਫੇਰ ਨਾ ਕਿਉਂ ਰੇਟ ਜ਼ਿਆਦਾ। ਮਰਸੀਡੀਜ਼ ਦੀ ਐਮਐਲ ਹੈ ਜੀ, ਹਾਂਜੀ, ਇਹ ਕਾਰ ਦਾ ਜਿਹੜਾ ਪ੍ਰਾਈਸ ਹੈ ਜੀ ਸਿਰਫ 8.5 ਲੱਖ ਰੁਪਏ ਦੀ ਰੇਂਜ ਦਾ ਜੀ। 8.5 ਲੱਖ ਦੀ? ਬਿਲਕੁਲ ਜੀ। ਇਹ ਨਵੀਂ ਕਿੰਨੇ ਦੀ ਆਉਂਦੀ ਹੈ ਬਾਈ? ਇਹਦੇ ਵਿੱਚ ਜੀ ਹੁਣ GLI ਆਉਂਦੀ ਹੈ ਜੀ, ਉਹ ਵੀ 1 ਕਰੋੜ ਦੇ ਕਰੀਬ ਦੀ ਕਾਰ ਹੈ ਜੀ। ਇਹ ਆਪਣੇ ਟਾਈਮ ਤੇ ਕੁਝ 50-55 ਲੱਖ ਦੀ ਕਾਰ ਸੀਗੀ। 50-55 ਲੱਖ ਵਾਲੀ ਗੱਡੀ ਆਪਾਂ ਦੇ ਰਹੇ ਹਾਂ ਜੀ, 7.5 ਦੀ? ਬਿਲਕੁਲ ਜੀ ਬਿਲਕੁਲ, ਸਨਰੂਫ ਵੀ ਆ। ਫਿਰ ਇਹਦੀ ਸਕੋਰਪੀਓ, ਸਕੋਰਪੀਓ ਆ ਜਾਂਦੀ ਹੈ ਜੀ, 2019 ਮਾਡਲ ਹੈ ਜੀ, ਐਸ 19 ਮਾਡਲ ਹੈ ਜੀ, S5 ਮਾਡਲ ਹੈ, ਵੈਸੇ S11 ਦੇ ਵਿੱਚ ਕਨਵਰਟਿਡ ਹੈ, S5 ਦੇ ਵਿੱਚ S11 ਦੇ ਸਾਰੇ ਫੀਚਰਸ ਕਰਾਏ ਹੋਏ ਨੇ, ਲੋਡ ਕੀਤੀ ਹੋਈ ਹੈ, ਲੋਡਿੰਗ ਸਾਰੀ ਕਰਾਈ ਹੋਈ ਹੈ ਜੀ ਕਾਰ ਦੇ ਵਿੱਚ, ਐਕਸਟਰਾ ਅਲਾਇਰ ਟਾਇਰਸ ਇੰਟੀਰੀਅਰ ਵਗੈਰਾ ਹਰ ਚੀਜ਼ ਇਹਦੇ ਵਿੱਚ ਕਰਵਾਈ ਹੋਈ ਹੈ। ਔਰ ਇਸ ਕਾਰ ਦੀ ਕੀਮਤ 12 ਲੱਖ ਰੁਪਏ ਹੈ ਜੀ। 12 ਲੱਖ ਦੀ ਹੈ ਜੀ ਸਕੋਰਪੀਓ, 19 ਮਾਡਲ ਆ, ਬਾਕੀ ਇਹ ਚ ਵੀ ਮਾਨਦਾਨ ਤਾਂ ਕਰ ਦੇਣਗੇ। ਬਹੁਤ ਰੀਜ਼ਨੇਬਲ ਪ੍ਰਾਈਸ ਦੱਸਿਆ ਜੀ ਸਕੋਰਪੀਓ 19 ਦੇ ਹਿਸਾਬ ਦੇ ਨਾਲ, ਜਿਹੜਾ ਪ੍ਰਾਈਸ ਹੈ ਇਸ ਚੀਜ਼ ਦਾ ਚੈਲੰਜ ਹੋਏਗਾ, ਕਿਤੋਂ ਨਹੀਂ ਮਿਲੇਗਾ, ਲੱਭ ਕੇ ਦਿਖਾ ਦਿਓ, ਚੈਲੰਜ ਹੋ ਗਿਆ। ਤੇ ਫਿਰ ਆ ਜਾਂਦੀ ਹੈ 2017 ਮਾਡਲ ਆ ਜਾਂਦੀ ਹੈ ਜੀ, ਆਈ10 ਗ੍ਰੈਂਡ ਡੀਜ਼ਲ, ਅਲੋਏ ਪਏ ਹੋਏ ਨੇ। ਬਿਲਕੁਲ ਜੀ ਬਿਲਕੁਲ, ਅਲੋਏ ਪਏ ਹੋਏ ਨੇ, ਚਾ ਨਹੀਂ ਪੈਟਰੋਲ ਪਾਣੀ ਇਹਦਾ ਚਲਾਣੀ ਆ। 55,000 ਦੇ ਕਰੀਬ ਕਾਰ ਚੱਲੀ ਹੈ ਜੀ, ਫਸਟ ਓਨਰ ਕਾਰ ਹੈ ਜੀ, 4.25 ਲੱਖ ਰੁਪਏ ਕਹਿੰਦੇ ਜੀ, 4 ਲੱਖ ਰੁਪਏ ਦੀ ਕਾਰ ਦੇ ਦੇਵਾਂਗੇ ਜੀ। 4 ਲੱਖ ਦੀ ਮਿਲਣ ਵਾਲੀ ਹੈ ਤੁਹਾਨੂੰ ਆਈ10। ਮਾਡਲ ਕਿੰਨਾ ਦੱਸਿਆ ਸੀ ਭਾਈ? 2017 ਜੀ, 17 ਮਾਡਲ ਆ। ਇਹਦੇ ਤੇ ਤੁਸੀਂ ਇਹ ਵੀ ਦੇਖ ਲਓ ਜੀ, ਮੇਰੀ ਆ ਹਰ ਕਾਰ ਤੇ ਲੋਨ ਦੀ ਫੈਸਿਲਿਟੀ ਅਵੇਲੇਬਲ ਹੈ ਜੀ, ਅਪਰੋਕਸ ਜਿਹੜਾ ਤੋਂ 70% ਦੇ ਕਰੀਬ ਅਸੀਂ ਫੰਡਿੰਗ ਕਰਾ ਦਿੰਦੇ ਹਾਂ ਜੀ ਕਾਰ ਦੀ। ਕੁਝ ਕਾਰਾਂ ਇੱਦਾਂ ਦੀਆਂ ਨੇ ਜਿਹਦੇ 90% ਦੀ ਫੰਡਿੰਗ ਹੋ ਜਾਏਗੀ। ਜਿੱਦਾਂ ਕਿ ਇਹ ਕਾਰ ਸਪੋਜ 4 ਲੱਖ ਰੁਪਏ ਦੀ ਰਹਿਣ ਵਾਲੀ ਹੈ, ਤੇ ਇਸ ਕਾਰ ਤੇ ਤੁਹਾਨੂੰ 4.75 ਲੱਖ ਤੱਕ ਦਾ ਲੋਨ ਵੀ ਕਰਵਾ ਦਿੰਦੇ। ਸਿਰਫ 25,000 ਦੇ ਕੇ ਤੁਸੀਂ ਗੱਡੀ ਲੈ ਸਕਦੇ ਹੋ ਜੀ, ਕਾਰ ਲੈ ਕੇ ਜਾ ਸਕਦੇ ਹੋ ਜੀ। ਠੀਕ ਹੈ ਜੀ, ਫਿਰ ਆ ਜਾਂਦੀ ਟੋਇਟਾ ਦੀ ਆਪਣੀ। ਟੋਇਟਾ ਦੀ ਆ ਜਾਂਦੀ ਹੈ ਜੀ ਇਟਿਓਸ, 65,000 ਕਿਲੋਮੀਟਰ ਚੱਲੀ ਕਾਰ ਹੈ ਜੀ, 7.5 ਲੱਖ ਰੁਪਏ ਦੀ ਕਾਰ ਹੈ, 2019 ਮਾਡਲ 7.5 ਲੱਖ ਰੁਪਏ ਦੀ। ਓਨਰ ਫਸਟ ਹੀ ਹੈ ਬਾਈ? ਬਿਲਕੁਲ ਜੀ, ਸਕਰੀਨ ਲੱਗੀ ਹੋਈ ਆ,
ਅਗੇਨ ਕੋਈ ਖਰਚਾ ਨਹੀਂ, ਸੀਟ ਕਵਰਸ ਓਕੇ, ਟਾਇਰ ਵੀ ਓਕੇ। ਫਿਰ ਆ ਜਾਂਦੀ ਹੈ ਜੀ ਸਿਆਜ਼, ਸਿਆਜ਼ ਆ ਜਾਂਦੀ ਹੈ ਜੀ ਆਟੋਮੈਟਿਕ ਦੇ ਵਿੱਚ, ਆਟੋਮੈਟਿਕ ਰਹਿਣ ਵਾਲੀ ਆ। ਠੀਕ ਹੈ, ਓਨਰ ਫਸਟ? ਬਿਲਕੁਲ ਜੀ, ਫਸਟ ਓਨਰ ਕਾਰ ਹੈ ਜੀ। ਸਿਆਜ਼ ਦੇ ਵਿੱਚ ਤੁਹਾਨੂੰ ਬਹੁਤ ਘੱਟ ਆਟੋਮੈਟਿਕ ਕਾਰ ਮਿਲੇਗੀ। ਅਤੇ ਡਿਮਾਂਡ ਕੀ ਹੋਣ ਵਾਲੀ ਭਾਅ ਜੀ ਇਹਦੀ? ਇਹ ਕਾਰ ਆਪਾਂ ਜੀ ਤੁਹਾਨੂੰ ਦੇ ਦੇਵਾਂਗੇ ਸਰ 9.5 ਲੱਖ ਰੁਪਏ ਦੀ ਰਹਿੰਦੀ। 9.5 ਲੱਖ ਦੀ? ਬਿਲਕੁਲ ਸਰ। ਓਨਰ ਫਸਟ? ਬਿਲਕੁਲ ਜੀ। ਆਟੋਮੈਟਿਕ ਕਾਰ ਆ? ਆਟੋਮੈਟਿਕ ਹੈ ਜੀ, ਟੌਪ ਮਾਡਲ ਕਾਰ ਹੈ। ਪੁਸ਼ ਬਟਨ ਸਟਾਰਟ ਵਾਲੀ ਟੌਪ ਮਾਡਲ ਹੈ? ਬਿਲਕੁਲ ਜੀ ਬਿਲਕੁਲ, ਟੌਪ ਮਾਡਲ ਅਲਫਾ ਮਾਡਲ ਹੈ ਜੀ। ਓਕੇ ਜੀ, ਅਲਫਾ ਮਾਡਲ ਆ। ਚੈੱਕ ਕਰੋ ਕਾਰ ਅੰਦਰੋਂ, i20 i20 ਪੈਟਰੋਲ ਹੈ ਜੀ, 2016 ਮਾਡਲ। 2016 ਮਾਡਲ ਪ੍ਰਾਈਸ ਦੇ ਵਿੱਚ ਦੇ ਦੇਵਾਂਗੇ ਜੀ। ਜੇ ਕੋਈ ਤੁਹਾਡਾ ਆਪਣਾ ਕੋਈ ਵੀਰ ਜਿਹੜਾ ਹੈਗਾ ਕੋਈ ਆਪਣੇ ਨਾਲ 2-4 ਦਿਨ ਦੇ ਵਿੱਚ ਟਾਈ ਅਪ ਕਰਦਾ ਤੇ ਆਪਾਂ 5.5 ਲੱਖ ਰੁਪਏ ਦੀ 2016 ਮਾਡਲ ਕਾਰ i20 ਦੇ ਦਾਂਗੇ। 21 ਨੰਬਰ ਨਾਲ ਨੰਬਰ ਵਧੀਆ ਲੱਗਿਆ ਹੋਇਆ ਵਾ। ਤੇ ਚੱਲੀ ਕਿੰਨੀ ਦਾ ਭਾਈ ਇਹ? ਇਹ ਚੱਲੀ ਇੰਨੀ ਕੀ ਹੈ ਜੀ, ਕੋਈ 70-75 ਹਜ਼ਾਰ ਕਿਲੋਮੀਟਰ। ਠੀਕ ਹੈ, ਤੇ ਓਨਰ ਫਸਟ ਹੈ ਨਾਲ? ਬਿਲਕੁਲ ਜੀ, ਜ਼ਿਆਦਾਤਰ ਆਪਣੇ ਕੋਲ ਫਸਟ ਓਨਰ ਹੀ ਹੈ ਨਾ। ਤਕਰੀਬਨ ਜੀ ਫਸਟ ਓਨਰ ਕਾਰਾਂ ਮਿਲਣਗੀਆਂ ਜੀ ਤੁਹਾਨੂੰ। ਠੀਕ ਹੈ, PB10 ਕਾਰਾਂ ਮਿਲਣਗੀਆਂ ਜੀ ਔਰ ਫਸਟ ਓਨਰ ਮਿਲਣਗੀਆਂ ਜੀ, ਔਰ 100% ਨਾਨ ਐਕਸੀਡੈਂਟਲ ਕਾਰਾਂ ਹੋਣਗੀਆਂ। ਠੀਕ ਹੈ, ਫਿਰ ਆਉਂਦੀ ਹੈ ਆਪਣੀ ਸਵਿਫਟ। ਸਵਿਫਟ ਦੇ ਵਿੱਚ ਆ ਜਾਂਦੀ ਹੈ ਜੀ, ਬਹੁਤ ਰੇਅਰਲੀ ਮਿਲੇਗੀ ਤੁਹਾਨੂੰ ਸਵਿਫਟ ਪੈਟਰੋਲ ਆਟੋਮੈਟਿਕ। ਠੀਕ ਹੈ, ਇਹ ਜੀ ਜਿਹੜੀ ਕਾਰ ਦੀ ਡਿਮਾਂਡ ਹੈ ਜੀ 6-20 ਹੈ ਜੀ, ਬਾਕੀ ਮੌਕੇ ਤੇ ਵੀ ਨੈਗੋਸ਼ੀਏਬਲ ਹੈ। ਇਹ ਵੀ ਆਟੋਮੈਟਿਕ? ਬਿਲਕੁਲ ਸਰ, ਇਹ ਵੀ ਆਟੋਮੈਟਿਕ ਹੈ ਜੀ, ਅਲਾਏ ਟਾਇਰ ਵਗੈਰਾ ਹਰ ਚੀਜ਼ ਐਕਸਟਰਾ ਪਈ ਹੋਈ ਹੈ, ਕਾਫੀ ਅਸੈਸਰੀ ਲੱਗੀ ਹੈ, ਕੁਝ 70-75 ਹਜ਼ਾਰ ਰੁਪਏ ਦੀ ਰੇਂਜ ਦੇ ਵਿੱਚ ਅਸੈਸਰੀ ਐਕਸਟਰਾ ਲੱਗੀ ਹੋਈ ਹੈ। ਠੀਕ ਹੈ, ਉਹ ਸਾਨੂੰ ਟੋਟਲੀ ਡਿਸਕਾਊਂਟ ਕਰਕੇ ਦੇਣਗੇ। ਤੇ ਰੇਟ ਦੱਸਿਆ ਤੁਸੀਂ? 6-20 ਜੀ, 6,20,000। ਠੀਕ ਹੈ, ਫਿਰ ਆ ਜਾਂਦੀ ਆਪਣੀ ਵੈਗਨਾਰ। ਵੈਗਨਾਰ ਆ ਜਾਂਦੀ ਹੈ ਜੀ 2022 ਮਾਡਲ, 15,000 ਕਿਲੋਮੀਟਰ ਦੇ ਕਰੀਬ ਕਾਰ ਚੱਲੀ ਹੈ ਜੀ। ਨਵੀਂ ਗੱਡੀ? ਬਿਲਕੁਲ ਨਵੀਂ ਕਾਰ ਹੈ, 5.5 ਲੱਖ ਰੁਪਏ ਕਹਿੰਦੇ ਹਾਂ ਜੀ, ਬਾਕੀ ਮੌਕੇ ਤੇ ਜੋ ਨੈਗੋਸ਼ੀਏਬਲ ਹੋ ਜਾਏਗਾ ਬੈਸਟ ਟੂ ਬੈਸਟ ਰੇਟ ਕਰ ਦੇਵਾਂਗੇ ਜੀ। ਮਤਲਬ ਨਵੀਂ ਗੱਡੀ ਲੈਣ ਦੀ ਬਜਾਏ ਇੱਥੋਂ ਲੈ ਲਓ, ਕਿੰਨਾ ਡਿਸਕਾਊਂਟ ਹੋ ਜਾਊਗਾ ਭਾਈ? ਦੇਖੋ ਜੀ ਮੋਟਾ ਮੋਟਾ ਇਸ ਕਾਰ ਦੇ ਵੀ 2 ਲੱਖ ਰੁਪਏ ਦਾ ਤੁਹਾਡਾ ਬੈਨੀਫਿਟ, 2 ਲੱਖ ਰੁਪਏ ਸਿਰਫ ਬਚ ਜਾਣਾ ਵਾ ਤੁਹਾਡਾ। ਬਿਲਕੁਲ, ਇੰਨਾ ਕੁ ਚੱਲੀ ਹੋਈ ਗੱਡੀ ਆ ਬਸ। ਠੀਕ ਹੈ, ਤੇ ਫਿਰ ਆ ਜਾਂਦੀ ਆਪਣੀ ਖੋਲ ਡਿਜ਼ਾਇਰ। ਡਿਜ਼ਾਇਰ ਆ ਜਾਂਦੀ ਹੈ ਜੀ 2017 ZDI, ਫਸਟ ਓਨਰ ਕਾਰ ਹੈ। ਇਹ ਮੈਨੂਅਲ ਰਹਿਣ ਵਾਲੀ ਹੈ? ਬਿਲਕੁਲ ਮੈਨੂਅਲ ਹੈ ਜੀ। ਪੁਸ਼ ਬਟਨ ਸਟਾਰਟ, ਇਹ ਟੌਪ ਵਾਲੀ ਹੈ ਭਾਈ? ਬਿਲਕੁਲ, ਸਭ ਤੋਂ ਉੱਪਰਲਾ ਮਾਡਲ ਹੈ ਜੀ। ਤੇ ਓਨਰ ਫਸਟ? ਓਨਰ ਫਸਟ ਹੈ ਜੀ। ਮਾਡਲ ਕਿੰਨਾ ਦੱਸਿਆ ਸੀ? 2017 ਮਾਡਲ। ਤੇ ਡਿਮਾਂਡ? 6.5 ਲੱਖ ਰੁਪਏ। 6.5 ਲੱਖ ਰੁਪਏ ਦੀ ਡਿਜ਼ਾਇਰ ZDI ZDI ਵਾਲੀ। ਸਵਿਫਟ ਵੀ ਦਿਖਾ ਦਿਓ, 2014 ਮਾਡਲ ਡੀਜ਼ਲ, 4.25 ਲੱਖ ਰੁਪਏ ਦੀ ਕਾਰ ਹੈ ਜੀ। 4.25 ਲੱਖ ਦੀ ਸਵਿਫਟ ਹੈ, ਕਿੰਨਾ ਮਾਡਲ ਹੈ? 14 ਮਾਡਲ ਜੀ। 14 ਮਾਡਲ, ਫਸਟ ਓਨਰ ਹੀ ਹੈ, VDA ਮਾਡਲ ਹੈ। ਠੀਕ ਹੈ ਜੀ, ਕਿੰਨੇ ਡਿਮਾਂਡ ਕਿੰਨੀ ਹੈ ਦੀ? 4.25 ਲੱਖ। 4.25 ਲੱਖ। ਤੇ ਨਾਲ ਹੀ ਇਹਦੇ ਆ ਜਾਂਦੀ ਭਾਈ ਆਲਟੋ। ਆਲਟੋ ਆ ਜਾਂਦੀ ਹੈ, ਟਾਇਰ ਪਾਏ ਹੋਣੇ ਕਿਸੇ ਮੁੰਡੇ ਨੇ ਲੈਣੀ ਹੋਵੇ। ਅਲੋਏ ਚੈੱਕ ਕਰੋ,
ਘੱਟ ਪੈਸਿਆਂ ਦੇ ਵਿੱਚ ਵਧੀਆ ਗੱਡੀ ਕਿੰਨੇ ਦੀ ਪਈ ਇਹ? ਇਹ ਕਾਰ ਦੀ ਬਣਾਈ ਜੀ 2,75,000 ਰੁਪਏ ਦੀ। 2,75,000 ਦੀ ਆਲਟੋ 2000 ਕਿਹੜਾ ਮਾਡਲ ਆ? 21 ਮਾਡਲ ਜੀ। 21 ਮਾਡਲ ਨਵੀਂ ਗੱਡੀ ਹੈ? ਬਿਲਕੁਲ ਨਵੀਂ ਹੈ ਜੀ। ਤੇ ਕਿੰਨਾ ਡਿਸਕਾਊਂਟ ਹੋ ਜੂਗਾ ਇਹਦੇ? 2,75,000 ਦੇਖੋ ਇਹਦੀ ਆਲਟੋ ਦੇ ਵਿੱਚ ਇੱਦਾਂ ਹੁੰਦਾ ਕਿ ਆਲਟੋ ਦੇ ਵਿੱਚ ਥੋੜਾ ਜਿਹਾ ਰੇਟ ਤਾਂ ਥੋੜਾ ਜਿਹਾ ਪੈਸੇ ਘੱਟ ਬਚਦੇ ਨੇ, ਬਟ ਟ੍ਰੈਨਿੰਗ ਦੇ ਵਿੱਚ ਕਾਫੀ ਰਹਿੰਦੀ ਹੈ ਕਾਰ। ਜਿੱਦਾਂ ਇਹਦੇ ਵਿੱਚ ਸਮਾਨ ਜਿੱਦਾਂ ਲੱਗਾ ਹੈਗਾ, ਅਲੋਇਜ਼ ਵਗੈਰਾ ਸੈਸਰੀ ਸਾਰੀ ਲੱਗੀ ਹੋਈ ਹੈ। ਉਹਦੇ ਬਾਅਦ ਆ ਜਾਂਦੀ ਹੈ ਜੀ ਆਡੀ Q3 ਲਗਜ਼ਰੀ ਕਾਰ। ਲਗਜ਼ਰੀ ਕਾਰ ਹੈ ਜੀ, ਨਵੀਂ ਕਾਰ ਜਿਹੜੀ ਸੀਗੀ ਕੁਛ 50,00,000 ਰੁਪਏ ਦੀ ਸੀਗੀ। ਸਭ ਤੋਂ ਟੌਪ ਮਾਡਲ ਕਾਰ ਹੈ। ਠੀਕ ਹੈ। 1,10,000 ਦੇ ਕਰੀਬ ਕਰੀਬ ਕਾਰ ਚੱਲੀ ਹੋਈ ਹੈ ਜੀ। ਫਸਟ ਓਨਰ ਫੁੱਲ ਇੰਸ਼ੋਰਡ ਕਾਰ ਹੈ ਜੀ। 1,00,000 ਮੰਨਦਾ ਤਾਂ ਨਹੀਂ ਇਹ? ਕੁਛ ਨਹੀਂ ਹੁੰਦਾ ਜੀ। ਗੱਡੀ ਦੇ ਉੱਤੇ ਪੈਨਾਰੋਮਿਕ ਸਨਰੂਫ ਆ। ਮੋਟੇ ਵੈਸੇ ਬਚਣ ਵਾਲੇ ਅੱਜ ਕਿੱਥੇ? ਬੇਰੀ ਮੋਟਰਸ ਦੇ ਵਿੱਚ। ਫਿਰ ਆ ਇਹਦੀ ਕਰੇਟਾ, ਕਰੇਟਾ ਦਾ ਵੀ ਦੱਸਿਓ ਬਾਈ ਕੀ? ਕਰੇਟਾ 2017 ਮਾਡਲ ਹੈ ਜੀ। 17 ਮਾਡਲ ਫਸਟ ਓਨਰ ਕਾਰ ਹੈ ਜੀ। ਸਭ ਤੋਂ ਪਲੱਸ ਪੁਆਇੰਟ ਹੈ ਜੀ 1.4 ਦਾ ਇੰਜਨ ਹੈ, ਜੋ ਕਿ ਬਹੁਤ ਲੈਸ ਮਿਲਦਾ ਹੈ। ਠੀਕ ਹੈ। ਡਾਕਟਰ ਡਰਾਈਵਨ ਕਾਰ ਹੈ, ਲੋਕਲ ਨੰਬਰ ਹੈ, ਫਸਟ ਓਨਰ ਹੈ, ਫੁੱਲ ਇੰਸ਼ੋਰਡ ਹੈ, ਆਲ ਓਰੀਜਨਲ ਕਾਰ ਹੈ। ਇਹਦੀ ਜਿਹੜੀ ਆਸਕਿੰਗ ਅਸੀਂ ਕਰ ਰਹੇ ਹਾਂ ਜੀ 8,15,000 ਰੁਪਏ ਹੈ ਜੀ। ਬਾਕੀ ਇਹਦੇ ਵਿੱਚ ਵੀ ਨੈਗੋਸ਼ੀਏਬਲ ਹੋ ਜਾਏਗਾ, ਜੋ ਮੌਕੇ ਤੇ ਮੈਕਸਿਮਮ ਤੋਂ ਮੈਕਸਿਮਮ ਹੋਏਗਾ ਉਹ ਕਰ ਦਵਾਂ। ਠੀਕ ਹੈ। ਇਹ ਨਵੀਂ ਕਿੰਨੇ ਦੀ ਆ ਜਾਂਦੀ ਹੈ? ਨਵੀਂ ਤਾਂ ਜੀ ਇਹ ਇਸ ਟਾਈਮ ਤਾਂ ਹੈਗੀ ਜੀ ਕੁਛ 16,00,000 ਰੁਪਏ, ਮਤਲਬ ਹਾਫ ਤੇ ਆ ਗਿਆ ਕੰਮ। ਬਿਲਕੁਲ ਜੀ ਬਿਲਕੁਲ। ਤੇ ਫਿਰ ਦੇਖੋ ਇਹ ਮਾਡਲ ਵੈਨਿਊ ਪੈਟਰੋਲ। ਠੀਕ ਹੈ। ਇਹ ਕਾਰ ਜਿਹੜੀ ਚੱਲੀ ਹੈ ਜੀ ਅਪਰੋਕਸ 5,500 ਕਿਲੋਮੀਟਰ ਚੱਲੀ ਕਾਰ ਹੈ। ਨਵੇਂ ਟਾਇਰ 9,30,000 ਰੁਪਏ ਕਹਿੰਦੇ ਆ ਜੀ, ਬਾਕੀ ਇਹਦੇ ਵਿੱਚ ਵੀ ਨੈਗੋਸ਼ੀਏਬਲ ਹੋ ਜਾਏਗਾ। 9,30,000 ਦੀ? ਜੀ ਜੀ ਜੀ। ਇਹ ਕਿੰਨੇ ਦੀ ਹੋਣ ਵਾਲੀ ਹੈ ਨਵੀਂ ਭਾਈ? ਚੱਲੀ ਜੀ ਭਾਈ ਇਹ ਤਾਂ ਆ ਸਹੀ ਆ ਮੀਟਰ 36। ਹਾਂਜੀ ਹਾਂਜੀ ਮਤਲਬ ਹੈ ਹੀ ਨਵੀਂ ਇਹ? ਬਿਲਕੁਲ ਜੀ ਬਿਲਕੁਲ ਬਿਲਕੁਲ। ਸ਼ੋਰੂਮ ਚ ਲਿਆ ਕੇ ਖੜਾਤੀ ਆ? ਬਿਲਕੁਲ ਬਿਲਕੁਲ। ਕਿੰਨੇ ਦੀ ਇਹ? 9,30,000 ਕਹਿ ਰਿਹਾ ਜੀ, ਬਾਕੀ ਨੈਗੋਸ਼ੀਏਬਲ। ਤੇ ਇਹ ਨਵੀਂ ਕਿੰਨੇ ਦੀ ਆ ਜਾਂਦੀ ਆ? ਇਹ ਨਵੀਂ ਜੀ ਕੁਛ ਮੋਟਾ ਮੋਟਾ ਤੁਸੀਂ ਲਾ ਲਓ 2-2.5 ਲੱਖ ਰੁਪਏ ਕਸਟਮਰ ਦਾ ਬਚੇਗਾ। 2.5 ਲੱਖ ਰੁਪਇਆ ਅਗਰ ਤੁਹਾਡੇ ਤੋਂ ਲੈਣ ਦੇ ਤਾਂ ਸਿੱਧਾ ਸਿੱਧਾ ਬਚ ਜਾਣਾ ਨਵੀਂ ਗੱਡੀ ਦਾ। ਫਿਰ ਆ ਜਾਂਦੀ ਬੀਟ। ਬੀਟ ਆ ਜਾਂਦੀ ਹੈ ਜੀ। ਬੀਟ ਵੈਸੇ ਕਹਿੰਦੇ ਮਾਰਕੀਟ ਦੇ ਵਿੱਚ ਜ਼ਰੂਰ ਹੈ ਕਿ 1,25,000, 80,000, 90,000 ਦੀ ਕਾਰਾਂ ਮਿਲ ਜਾਂਦੀਆਂ ਨੇ। ਹਾਂਜੀ। ਬਟ ਇਸ ਕਾਰ ਦੀ ਕੁਆਲਿਟੀ ਇਹ ਹੈ ਕਿ ਜੈਨੂਅਨ 40,000 ਕਿਲੋਮੀਟਰ ਚੱਲੀ ਕਾਰ ਹੈ, ਫਸਟ ਓਨਰ ਹੈ, 1.5-2 ਲੱਖ ਰੁਪਏ ਦੀ ਰੇਂਜ ਦੀ ਕਾਰ ਹੈ, ਬਹੁਤ ਵੈਰੀ ਵੈਲ ਮੇਨਟੇਨਡ ਕਾਰ ਹੈ। ਕਿੰਨੀ? 40,000। ਬਿਲਕੁਲ ਜੀ। ਠੀਕ ਹੈ। ਤੇ ਮੰਗਣੇ ਕਿੰਨੇ ਆਪਾਂ? 1.5 ਲੱਖ ਰੁਪਏ ਦੀ ਰੇਂਜ। 1.5 ਲੱਖ। ਬਾਕੀ ਮੌਕੇ ਤੇ ਹੋਜੂ ਮਾੜਾ ਮੋਟਾ ਕਰ ਲੈਣਗੇ। ਵੈਸੇ ਤਾਂ ਬਹੁਤ ਰੀਜਨੇਬਲ ਪ੍ਰਾਈਸ ਹੀ ਰੱਖਿਆ ਜੀ, ਬਾਕੀ ਜੇ ਕੁਛ ਹੋਇਆ ਤਾਂ ਕਿਸੇ ਦਾ ਮਾਨ ਸਮਾਨ ਜ਼ਰੂਰ ਕਰਾਂਗੇ। ਠੀਕ ਹੈ। ਉਹਦੇ ਬਾਅਦ ਆਉਂਦੀ ਹੈ ਜੀ ਵੌਕਸਵੈਗਨ ਦੀ ਜੈਟਾ ਆਟੋਮੈਟਿਕ। ਠੀਕ ਹੈ। 2014 ਮਾਡਲ ਕਾਰ ਹੈ ਜੀ, ਆਟੋਮੈਟਿਕ ਹੈ ਜੀ। ਇਹਦੇ ਵਿੱਚ ਤੁਹਾਨੂੰ ਮੇਰੇ ਕੋਲ 2 ਕਾਰਾਂ ਨੇ ਜੀ, ਇੱਕ ਜੋ ਕਿ ਕਸਟਮਰ ਨੂੰ ਮੈਨੂਅਲ ਚਾਹੀਦੀ ਹੈ, ਮੇਰੇ ਕੋਲ ਮੈਨੂਅਲ ਵੀ ਅਵੇਲੇਬਲ ਹੈ, ਆਟੋ ਵੀ ਅਵੇਲੇਬਲ ਹੈ। ਜਿਹੜੀ ਮੈਨੂਅਲ ਹੈਗੀ ਹੈ ਜੀ ਉਹ 4,75,000 ਦੀ ਰੇਂਜ ਦੀ ਹੈ ਜੀ, ਇਹ 5,75,000 ਦੀ ਰੇਂਜ ਦੀ ਹੈ ਜੀ। 5,75,000 ਦੀ ਆਟੋ ਆ? ਆਟੋ ਹੈ ਜੀ ਜਿਹੜੀ ਤੁਸੀਂ ਦੇਖ ਰਹੇ ਹੋ।
ਬਾਕੀ ਇਸ ਤੋਂ ਇਲਾਵਾ ਮੈਨੂਅਲ ਵੀ ਹੈਗੀ ਆ? ਮੈਨੂਅਲ ਵੀ ਮਿਲ ਜਾਏਗੀ ਜੀ, ਉਹ 475,000 ਰੁਪਏ ਦੀ। ਉਹ 475,000 ਦੀ ਆ? ਬਿਲਕੁਲ। ਉਹ ਕਿਹੜਾ ਕਲਰ ਆ? ਵਾਈਟ ਵਾਈਟ, ਦੋਨੋਂ ਕਲਰ ਵਾਈਟ ਆ। ਮਾਡਲ ਸੇਮ? ਬਿਲਕੁਲ 2014। ਠੀਕ। ਫੇਰ ਆ ਜਾਂਦੀ ਆ ਅਮੇਜ਼ ਆ ਜਾਂਦੀ ਆ ਜੀ 2015 ਮਾਡਲ। ਠੀਕ ਆ। ਇਹ ਜਿਹੜੀ ਕਾਰ ਆ ਜੀ ਮਾਰਕੀਟ ਦੇ ਵਿੱਚ ਆਪਾਂ ਤੁਹਾਨੂੰ ਕਾਰ 475,000 ਤੋਂ ਘੱਟ ਨਹੀਂ ਮਿਲੇਗੀ ਜੀ। ਬੇਰੀ ਮੋਟਰਸ ਨੇ ਇੱਕ ਇਹਦਾ ਅਟ੍ਰੈਕਟਿਵ ਰੇਟ ਕੱਢਿਆ ਜੀ 3,80,000 ਰੁਪਈਆ। ਇਹਦੇ ਚ ਮਾੜਾ ਮੋਟਾ ਨੈਗੋਸ਼ੀਏਬਲ ਹੋ ਜਾਏਗਾ। 2014 ਦੀ ਹੈ, ਮਾਡਲ 13। ਠੀਕ ਹੈ ਜੀ। 2013 ਮਾਡਲ GX। GX ਠੀਕ ਹੈ। ਕੈਪਟਨ ਸੀਟਾਂ ਵਾਲੀ ਹੈ, 7 ਸੀਟਰ ਕਾਰ ਹੈ। ਕੈਪਟਨ ਸੀਟਾਂ ਨੇ ਅੰਦਰ। ਇਹ ਕਿੰਨੀ ਚੱਲੀ ਹੈ ਭਾਈ? ਇਹ 1.25 ਲੱਖ ਕਿਲੋਮੀਟਰ ਜੀ। 1.25 ਲੱਖ ਚੱਲੀ ਹੈ ਕੈਪਟਨ ਸੀਟਾਂ ਨੇ। ਤੇ ਫਿਰ ਆ ਜਾਂਦੀ ਕ੍ਰਿਸਟਾ। ਕ੍ਰਿਸਟਾ ਹੈਗੀ ਹੈ ਜੀ ਬੜੇ ਅਟ੍ਰੈਕਟਿਵ ਪ੍ਰਾਈਸ ਤੇ। ਇਹ HR ਰਜਿਸਟਰਡ ਕਾਰ ਹੈ ਜੀ। ਠੀਕ ਹੈ। 2016-20 ਮਾਡਲ ਕਾਰ ਹੈ, 12.5 ਲੱਖ ਰੁਪਏ ਦੀ ਕਾਰ ਜੀ। 12.5 ਲੱਖ ਦੀ ਇਨੋਵਾ ਕ੍ਰਿਸਟਾ। ਇਹ ਵੀ ਰੇਟ ਘੱਟ ਹੀ ਹੈ ਭਾਈ? 20 ਮਾਡਲ ਹੈ ਜੀ। ਬਾਰਾਂ ਲੱਖ ਦੇ ਵਿੱਚ ਇਹਦੀ ਲਗਵਾ ਕੇ ਦੇ ਦੀ। ਵਰਨਾ ਜੀ 2014 ਮਾਡਲ, 72,000 ਕਿਲੋਮੀਟਰ ਵਿੱਚ ਰਿਕਾਰਡ ਹੈ ਜੀ। ਫਸਟ ਓਨਰ ਫੁੱਲ ਇੰਸ਼ੋਰਡ ਕਾਰ ਹੈ ਜੀ। ਆਸਕਿੰਗ ਇਹਦੀ ਜਿਹੜੀ ਹੈ ਜੀ 5 ਲੱਖ ਰੁਪਏ, ਬਾਕੀ ਮੌਕੇ ਤੇ ਨੈਗੋਸ਼ੀਏਬਲ ਹੋ ਜਾਏਗੀ। ਮਾਡਲ 2014 ਬਾਕੀ ਕੋਈ ਗੱਲ ਨੀ, ਕਰ ਲੈਣਗੇ ਥੋੜਾ ਜੋਰ ਪਾਇਓ ਆ ਕੇ ਭਾਈ ਕਰਨਗੇ ਰਿਕਾਰਡ। ਹਾਂ ਪੱਕਾ ਜੀ ਪੱਕਾ। ਤੇ ਫਿਰ ਆ ਜਾਂਦੀ ਜੀ ਹੋਂਡਾ ਸਿਟੀ। ਫਿਰ ਆ ਜਾਂਦੀ ਹੈ ਜੀ ਹੋਂਡਾ ਸਿਟੀ 2014। ਫਸਟ ਓਨਰ ਕਾਰ ਹੈ, VX ਮਾਡਲ ਹੈ, ਵਿਦ ਰਿਕਾਰਡ 80,000 ਚੱਲੀ ਹੈ। ਫਸਟ ਓਨਰ ਫੁੱਲ ਇੰਸ਼ੋਰਡ ਕਾਰ ਹੈ। ਇਹਦੀ ਜਿਹੜੀ ਆਸਕਿੰਗ ਅਸੀਂ 5-20 ਕਰ ਰਹੇ ਹਾਂ ਜੀ, ਬਾਕੀ ਮੌਕੇ ਤੇ ਨੈਗੋਸ਼ੀਏਬਲ ਹੈ। VX ਟੌਪ ਮਾਡਲ ਹੈ ਜੀ, ਸਨਰੂਫ ਨਾਲ ਮਿਲੇਗੀ ਤੁਹਾਨੂੰ। ਸਨਰੂਫ ਵੀ ਹੋਣ ਵਾਲੀ ਹੈ ਇਹਦੇ ਵਿੱਚ। ਜੇ ਕਿਸੇ ਬਾਇਰ ਨੂੰ ਸਾਡੀ ਅੰਡਰ ਪ੍ਰੋਸੈਸ ਇੱਕ ਹੋਰ 2015 ਮਾਡਲ ਵੀ ਹੈਗੀ ਹੈ, ਉਹ ਵਿਦਆਊਟ ਸਨਰੂਫ ਹੈ, ਉਹਦੀ ਵੀ ਆਸਕਿੰਗ ਸੇਮ ਹੈ, 1 ਸਾਲ ਉੱਪਰ ਮਿਲ ਜਾਏਗੀ। ਉਹ 20 ਮਾਡਲ ਹੈ, ਉਹਦੀ ਵੀ 5-15 ਰੇਟ ਰੱਖਿਆ ਹੈ ਜੀ, ਪਰ ਉਹ ਮਾਡਲ 2015 ਵਿਦਆਊਟ ਸਨਰੂਫ ਹੈ। ਠੀਕ ਹੈ। ਤੇ ਇਹ ਡੀਜ਼ਲ ਹੋਣ ਵਾਲੀ? ਡੀਜ਼ਲ ਜੀ, ਡੀਜ਼ਲ ਡੀਜ਼ਲ ਗੱਡੀ ਆ। ਓਨਰ ਫਸਟ? ਫਸਟ ਜੀ, ਫਸਟ ਫਸਟ ਓਨਰ। ਉਹ ਵਾਲੀ ਉਹ 2015 ਵਿੱਚ ਫਸਟ ਓਨਰ? ਬਿਲਕੁਲ ਜੀ। ਕਲਰ ਵਾਈਟ? ਵਾਈਟ, ਵਾਈਟ ਕਲਰ ਹੈ ਜੀ। ਦੋਨੋਂ ਹੈਗੀਆਂ ਨੇ, ਦੇਖ ਲਓ ਕਿਹੜੀ ਲੈਣੀ ਹੈ। ਇੱਕ ਹੋਰ ਹੋਂਡਾ ਸਿਟੀ ਆ, ਇੱਕ ਹੋਰ ਇਹਦੇ ਬਾਅਦ ਆ ਜਾਂਦੀ ਹੈ ਜੀ 2018 ਮਾਡਲ, 6 ਲੱਖ ਆ, ਨਵੀਂ ਵਾਲੀ। ਬਿਲਕੁਲ ਨਵੀਂ ਸ਼ੇਪ ਹੈ ਜੀ, ਫਸਟ ਓਨਰ ਕਾਰ ਹੈ, 32,000 ਕਿਲੋਮੀਟਰ ਕਾਰ ਚੱਲੀ ਹੈ ਜੀ, ਸਿਰਫ ਤੇ ਸਿਰਫ 32,000 ਕਿਲੋਮੀਟਰ। ਠੀਕ ਹੈ। ਫਸਟ ਓਨਰ ਕਾਰ ਹੈ, ਸਭ ਤੋਂ ਉੱਪਰਲਾ ਮਾਡਲ ਹੈ, VX ਮਾਡਲ ਹੈ, ਸਨਰੂਫ ਵਾਲਾ ਮਾਡਲ ਹੈ, ਅਲੋਏ ਪਏ ਹੋਏ ਨੇ, ਬਿਲਕੁਲ ਅਲੋਏ ਕੰਪਨੀ ਵਾਲੇ ਆਉਂਦੇ ਆ ਜੀ। ਹਾਂਜੀ। 32,000 ਮਤਲਬ 32,000 ਗਰੰਟੀ ਨਾਲ ਚੱਲੀ ਕਾਰ ਹੈ, ਕੋਈ ਹੇਰ ਫੇਰ ਨਹੀਂ ਹੋਣ ਵਾਲੀ। ਇੱਥੇ ਜੋੜਾ ਨੰਬਰ ਲੱਗਿਆ, ਨੰਬਰ ਬੜਾ ਅੱਛਾ ਲੱਗਿਆ ਜੀ। ਕਿਸੇ ਵੀ ਵੀਅਰ ਨੂੰ ਅਗਰ ਕੋਈ ਮੇਰੀ ਕਿਸੇ ਵੀ ਕਾਰ ਦਾ ਕੋਈ ਨੰਬਰ ਹਿਡਨ ਨਹੀਂ ਹੈਗਾ, ਸਾਰਾ ਸ਼ੋ ਹੋ ਰਿਹਾ ਜੀ, ਸਾਰਾ ਤੁਹਾਡੇ ਸਾਹਮਣੇ ਚੈੱਕ ਕਰ ਸਕਦੇ ਹੋ। ਤਸੱਲੀ ਕਰਾ ਕੇ ਆਓ, ਫਿਰ ਤੁਸੀਂ ਆ ਕੇ ਮੇਰੇ ਨਾਲ ਡੀਲ ਕਰੋ। ਠੀਕ ਹੈ। ਤੇ ਇਹ ਡਿਮਾਂਡ ਕੀ ਹੋਣ ਵਾਲੀ? ਇਹਦੀ ਡਿਮਾਂਡ ਜੀ 875 ਹੈ,
ਮਾੜੇ ਮੋਟਾ ਨੈਗੋਸ਼ੀਏਬਲ ਇਹਦੇ ਚ ਵੀ ਮਾਨ ਸਮਾਨ ਕਰਾਂਗੇ ਕਸਟਮਰ। ਇਹ ਨਵੀਂ ਕਿੰਨੇ ਦੀ ਆ ਜਾਂਦੀ ਹੈ? ਇਹ ਨਵੀਂ ਕਾਰ ਤਾਂ ਜੀ ਹੁਣ ਇਸ ਟਾਈਮ ਤਾਂ ਪੈਟਰੋਲ ਆ ਰਹੀ ਹੈ ਜੀ, ਡੀਜ਼ਲ ਆ ਨਹੀਂ ਰਹੀ ਹੈ। ਇਹ ਡੀਜ਼ਲ ਹੋਣ ਵਾਲੀ, ਇਹ ਡੀਜ਼ਲ ਹੈ ਜਿਹੜੀ ਇਸ ਟਾਈਮ ਨਵੀਂ ਆ ਰਹੀ ਹੈ, ਕੁਛ 15.5 ਲੱਖ ਦੀ ਕਾਰ ਹੈ। ਇਹ ਵੀ ਤਕਰੀਬਨ 13-14 ਲੱਖ ਰੁਪਏ ਦੀ ਬੰਦ ਹੋਈ। ਕ੍ਰਿਸਟਾ 2021 GX ਆਟੋ ਬਹੁਤ ਰੇਅਰ ਰਹਿਣ ਵਾਲੀ ਕਾਰ ਹੈ, ਠੀਕ ਹੈ। ਔਰ ਇਸ ਟਾਈਮ ਬਹੁਤ ਘੱਟ ਇਸ ਮਾਡਲ ਦੀ ਅਵੇਲੇਬਿਲਿਟੀ ਹੈ। ਇਹ BS6 ਕਾਰ ਹੈ, ਠੀਕ ਹੈ, ਤੇ 2021 ਮਾਡਲ ਕਾਰ ਹੈ GX ਆਟੋ। 65,000 ਕਿਲੋਮੀਟਰ ਡਰਾਈਵਨ ਕਾਰ ਹੈ ਜੀ। 21.5 ਲੱਖ ਰੁਪਈਆ ਇਹਦੀ ਆਸਕਿੰਗ ਹੈ ਜੀ। ਆਲ ਓਰੀਜਨਲ ਕਾਰ, ਫਸਟ ਓਨਰ, 21.5 ਲੱਖ ਦੀ, ਬਿਲਕੁਲ। ਇਹ ਨਵੀਂ ਕਿੰਨੇ ਦੀ ਆ ਜਾਂਦੀ ਭਾਈ? ਇਹ ਨਵੀਂ ਤਾਂ ਜੀ ਫਿਲਹਾਲ ਡਿਸਕੰਟੀਨਿਊ ਹੋ ਗਈ ਹੈ ਜੀ, ਫਿਲਹਾਲ ਇਹ ਕਾਰ ਆ ਨਹੀਂ ਰਹੀ ਹੈ ਜੀ। ਸਿਰਫ ਹਾਈ ਕ੍ਰੋਸ ਪੈਟਰੋਲ ਆ ਰਹੀ ਹੈ ਜੀ ਇਹਦੇ ਵਿੱਚ, ਜਿਹੜੀ ਕਿ ਸਟਾਰਟਿੰਗ ਰੇਂਜ ਦੀ ਆਪਣਾ ਕੁਛ 26-27 ਲੱਖ ਰੁਪਏ ਤੋਂ ਲੈ ਕੇ 40 ਲੱਖ ਰੁਪਏ ਤੱਕ ਜਾਂਦੀ ਹੈ। ਡੀਜ਼ਲ ਕਾਰ 2021 BS6 ਬਹੁਤ ਘੱਟ ਅਵੇਲੇਬਲ ਕਾਰਾਂ ਨੇ। 2021 GX ਆਟੋ 21.5 ਲੱਖ ਰੁਪਏ ਆਸਕਿੰਗ ਹੈ, ਬਾਕੀ ਨੈਗੋਸ਼ੀਏਬਲ ਹੈ। ਜਿਹਨੂੰ ਡੀਜ਼ਲ ਕਾਰ ਚਾਹੀਦੀ ਉਹ ਆ ਸਕਦਾ, ਡੀਜ਼ਲ ਕਾਰ ਆਟੋਮੈਟਿਕ GX ਆਟੋ 2021। ਠੀਕ, ਉਹ ਆ ਸੀਗੀ ਜੀ ਆਈ ਜੀ ਵੀਡੀਓ। ਵੀਡੀਓ ਕਿੱਦਾਂ ਦੀ ਲੱਗੀ ਹੈ ਤੁਸੀਂ ਕਮੈਂਟ ਕਰਕੇ ਦੱਸਣਾ ਵਾ, ਤੇ ਲਾਈਕ ਕਰ ਦਿਓ ਸਾਰੀ ਵੀਡੀਓ ਨੂੰ, ਲਾਈਕ ਕਰ ਦਿਆ ਕਰੋ, ਉਹਦੇ ਨਾਲ ਆਪਣੀ ਰੀਚ ਵੱਧਦੀ ਹੈ, ਤੁਹਾਡਾ ਕੁਛ ਨਹੀਂ ਜਾਂਦਾ, ਆਪਣੀ ਰੀਚ ਵੱਧ ਜਾਂਦੀ ਹੈ, ਠੀਕ ਹੈ ਜੀ। ਸੋ ਆਪਣੀ ਫੈਮਿਲੀ ਹੋ ਗਈ ਹੈ ਜੀ, 6,000+ ਹੋ ਗਏ ਆਪਾਂ ਆਪਣੇ ਸਬਸਕ੍ਰਾਈਬਰ। ਸੋ ਇੱਦਾਂ ਹੀ ਜੁੜਦੇ ਰਹੋ ਨਾਲ। ਲੁਧਿਆਣੇ ਦੇ ਵਿੱਚ ਅਗਰ ਤੁਸੀਂ ਰਹਿੰਦੇ ਹੋ ਤਾਂ ਤੁਹਾਨੂੰ ਜਿਹੜੀ ਵੀ ਗੱਡੀ ਚਾਹੀਦੀ ਆ ਆਪਣਾ ਚੈਨਲ ਸਬਸਕ੍ਰਾਈਬ ਕਰ ਲਿਓ, ਤੁਹਾਨੂੰ ਨੋਟੀਫਿਕੇਸ਼ਨ ਆ ਜਾਇਆ ਕਰੂਗਾ। ਹਰ ਤਰ੍ਹਾਂ ਦੀ ਗੱਡੀ ਅਵੇਲੇਬਲ ਹੁੰਦੀ ਆ। ਮੇਰਾ ਕਮੈਂਟ ਦੇ ਵਿੱਚ ਵੀ ਦਿੱਤਾ ਹੋਊਗਾ ਆਪਣਾ ਨਾਮ ਨੰਬਰ, ਉਹ 'ਤੇ ਵੀ ਤੁਸੀਂ ਮੈਨੂੰ ਦੱਸ ਸਕਦੇ ਹੋ। ਬਾਕੀ ਕਮੈਂਟਸ ਦੇ ਵਿੱਚ ਤੁਸੀਂ ਮੈਨੂੰ ਆਪਣੀ ਗੱਡੀ ਲਿਖ ਕੇ ਦੱਸ ਸਕਦੇ ਹੋ ਕਿ ਸਾਨੂੰ ਕਿਹੜੀ ਗੱਡੀ ਚਾਹੀਦੀ, ਆਪਾਂ ਤੁਹਾਨੂੰ ਲੱਭ ਕੇ ਪ੍ਰੋਵਾਈਡ ਕਰਵਾ ਦੇਵਾਂਗੇ।